ਅੱਜ ਰੋਇਲ ਚੈਲੇਂਜਰਸ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ IPL 2024 ਦਾ 10ਵਾਂ ਮੈਚ ਖੇਡਿਆ ਜਾਵੇਗਾ। RCB ਨੇ ਇਸ ਸੀਜ਼ਨ ਵਿੱਚ ਹੁਣ ਤੱਕ 2 ਮੈਚ ਖੇਡੇ ਨੇ। ਇਸ ਦੌਰਾਨ RCB ਨੇ 1 ਮੈਚ ਜਿੱਤਿਆ ਅਤੇ 1 ਮੈਚ ਹਾਰਿਆ ਵੀ ਹੈ, ਜਦੋਂ ਕਿ ਕੋਲਕਾਤਾ ਨੇ 1 ਮੈਚ ਖੇਡਿਆ ਹੈ ਅਤੇ ਜਿੱਤਿਆ ਹੈ। RCB ਅਤੇ KKR ਵਿਚਾਲੇ ਹੋਣ ਵਾਲੇ ਮੁਕਾਬਲੇ 'ਚ ਵਿਰਾਟ ਕੋਹਲੀ ਅਤੇ ਮਿਸ਼ੇਲ ਸਟਾਰਕ ਆਹਮੋ ਸਾਹਮਣੇ ਹੋਣਗੇ। ਸਟਾਰਕ IPL ਦਾ ਸਭ ਤੋਂ ਮਹਿੰਗਾ ਖਿਡਾਰੀ ਹੈ, ਪਰ ਉਹਨਾਂ ਦੇ ਕੋਹਲੀ ਦੇ ਖਿਲਾਫ ਚੰਗੇ ਅੰਕੜੇ ਨਹੀਂ ਦੇਖੇ ਗਏ। ਤੁਹਾਨੂੰ ਦੱਸ ਦਈਏ ਕਿ ਮਿਸ਼ੇਲ ਖੱਬਿਆਂ ਦਾ ਤੇਜ਼ ਗੇਂਦਬਾਜ਼ ਹੈ। ਜੇਕਰ ਕੋਹਲੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੇ ਖਿਲਾਫ਼ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੋਹਲੀ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਿਲਾਫ਼ 31 ਪਾਰੀਆਂ 'ਚ 45.4 ਦੀ ਔਸਤ ਨਾਲ ਦੌੜਾਂ ਬਣਾਈਆਂ। ਇਸ ਦੌਰਾਨ ਸਟ੍ਰਾਈਕ ਰੇਟ 135.3 ਰਿਹਾ, ਉਹ 7 ਵਾਰ ਆਊਟ ਵੀ ਹੋਇਆ। ਜੇਕਰ IPL 'ਤੇ ਨਜ਼ਰ ਮਾਰੀਏ ਤਾਂ ਕੋਹਲੀ ਨੇ 120 ਪਾਰੀਆਂ 'ਚ 28.3 ਦੀ ਔਸਤ ਨਾਲ ਦੌੜਾਂ ਬਣਾਈਆਂ, ਉਹ 47 ਵਾਰ ਆਊਟ ਵੀ ਹੋਇਆ ਹੈ। ਜੇਕਰ ਕੋਹਲੀ ਦੀ ਮੌਜੂਦਾ ਫਾਰਮ 'ਤੇ ਨਜ਼ਰ ਮਾਰੀਏ ਤਾਂ ਮਿਸ਼ੇਲ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੋਹਲੀ ਨੇ ਪਿਛਲੇ ਮੈਚ 'ਚ ਪੰਜਾਬ ਕਿੰਗਸ ਖਿਲਾਫ਼ ਕਾਫ਼ੀ ਦੌੜਾਂ ਬਣਾਈਆਂ ਨੇ। ਉਸ ਨੇ 49 ਗੇਂਦਾਂ ਵਿੱਚ 77 ਦੌੜਾਂ ਦੀ ਪਾਰੀ ਖੇਡੀ, ਜਦਕਿ ਕੋਹਲੀ ਨੇ 11 ਚੌਕੇ ਅਤੇ 2 ਛੱਕੇ ਵੀ ਲਗਾਏ ਸਨ। ਜੇਕਰ ਮਿਸ਼ੇਲ ਦੇ ਖਿਲਾਫ਼ ਕੋਹਲੀ ਦੇ T20 ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਇਹ ਵੀ ਸ਼ਾਨਦਾਰ ਰਿਹਾ ਹੈ। ਕੋਹਲੀ ਨੇ ਮਿਸ਼ੇਲ ਖਿਲਾਫ਼ 5 ਪਾਰੀਆਂ 'ਚ 47 ਦੌੜਾਂ ਬਣਾਈਆਂ। ਇਸ ਦੌਰਾਨ ਉਸਨੇ 28 ਗੇਂਦਾਂ ਦਾ ਵੀ ਸਾਹਮਣਾ ਕੀਤਾ। ਦਿਲਚਸਪ ਗੱਲ ਇਹ ਹੈ ਕਿ ਮਿਸ਼ੇਲ T20 ਵਿੱਚ 1 ਵਾਰ ਵੀ ਕੋਹਲੀ ਨੂੰ ਆਊਟ ਨਹੀਂ ਕਰ ਸਕੇ। ਬਿਊਰੋ ਰਿਪੋਰਟ, ਚੜ੍ਹਦੀ ਕਲਾ ਟਾਈਮ TV।